ਤੁਸੀਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਹੋ, ਸਵਾਲ ਜਵਾਬ ਚੱਲ ਰਹੇ ਨੇ ਸਾਰੇ ਇੱਕ ਦੂਜੇ ਕੋਲੋਂ, ਮੈਨੂੰ ਵੀ ਕੁਝ ਸਵਾਲਾਂ ਦੇ ਜਵਾਬ ਚਾਹੀਦੇ ਨੇ, ਤੇ ਜੇ ਕੋਈ ਮੇਰੇ ਸਵਾਲਾਂ ਦੇ ਜਵਾਬਾਂ ਜਵਾਬ ਦੇ ਸਕਦਾ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਦਿਓ। ਸਾਡੇ ਕੋਲ ਹੁਣੀ ਬੈਠੇ ਸੀ ਅਸੀਂ ਹਸਪੀਟਲ 'ਚ ਤੇ ਸਾਡੇ ਕੋਲ ਕੇਸ ਆਇਆ, ਆ ਬੱਚੇ ਦੀ ਤੁਸੀਂ ਅੱਖਾਂ ਦੇਖ ਸਕਦੇ ਹੋ, ਕਿਡਨੀ ਦੋਨੋਂ ਬੱਚੇ ਦੀਆਂ ਖਰਾਬ ਨੇ। ਇਹਦੀ ਮਾਤਾ ਜੀ ਆਏ ਨੇ ਜਿਹੜੀ ਰੋ ਰੋ ਕੇ ਇਹਦੇ ਇਲਾਜ ਲਈ ਹੈਲਪ ਮੰਗ ਰਹੇ ਨੇ, ਬੱਚੇ ਦੇ ਨਾਨਾ ਜੀ ਜਿਹੜੇ ਖੜ੍ਹੇ ਨੇ ਇੱਥੇ ਜਿਹੜੇ ਆਪ ਦਿਹਾੜੀ ਦਾ ਕੰਮ ਕਰਦੇ ਨੇ। ਹੁਣ ਮੈਨੂੰ ਇੱਕ ਗੱਲ ਦੱਸੋ ਕਿ ਚਲੋ ਸਾਡੀ ਸੰਸਥਾ ਦੇ ਵਿੱਚ ਡੋਨਰ ਨਹੀਂ ਕੋਈ ਆ ਰਿਹਾ, ਇਹਦੀ ਮਦਦ ਨਹੀਂ ਹੋ ਰਹੀ, ਜਾਂ ਜੋ ਮਾਹੌਲ ਚੱਲ ਰਿਹਾ ਫੇਸਬੁੱਕ 'ਤੇ ਸਾਰੀ ਐਨ ਜੀ ਓਜ਼ ਨੂੰ ਤਾਂ ਐਂ ਦੇਖਿਆ ਜਾ ਰਿਹਾ ਜਿਵੇਂ ਦੁਨੀਆ 'ਚ ਸਭ ਤੋਂ ਵੱਡੇ ਚੋਰੀ ਐਨ ਜੀ ਓ ਵਾਲੇ ਨੇ, ਹੈ ਨਾ, ਇੱਦਾਂ ਦੇਖਿਆ ਜਾ ਰਿਹਾ। ਹੁਣ ਇਸ ਬੱਚੇ ਦਾ ਮੈਂ ਸਲਿਊਸ਼ਨ ਕੀ ਕਰਾਂ? ਜੇ ਇਹਦਾ ਇਲਾਜ ਨਹੀਂ ਹੋਊਗਾ ਇਹਦੀ ਡੈਥ ਹੋ ਜੂਗੀ, ਹੋਰ ਇੱਕ ਦਿਨ 'ਚ, ਦੋ ਦਿਨ 'ਚ, 10 ਦਿਨ 'ਚ, ਮਹੀਨੇ 'ਚ ਇਹਨੇ ਨਹੀਂ ਬਚਣਾ। ਇਹਦਾ ਕੀ ਹੱਲ ਕੀਤਾ ਜਾਵੇ ਮੈਨੂੰ ਇਹਦਾ ਕਮੈਂਟ ਕਰਕੇ ਜ਼ਰੂਰ ਦੱਸਿਆ ਜਾਵੇ। ਅਤੇ ਜੇ ਕੋਈ ਇੱਦਾਂ ਦੇ ਬੱਚੇ ਦੀ ਮਦਦ ਕਰਨਾ ਚਾਹੁੰਦਾ, ਸਾਡੀ ਸੰਸਥਾ ਦਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈਗਾ, ਕੋਈ ਪੇਟੀਐਮ ਨੰਬਰ ਨਹੀਂ ਹੈਗਾ, ਕੋਈ ਵੈਸਟਰਨ ਯੂਨੀਅਨ ਨਹੀਂ ਹੈਗੀ, ਸਿੱਧਾ ਮਰੀਜ਼ ਨੂੰ ਮਿਲ ਕੇ ਇੱਦਾਂ। ਆ ਦਿੱਲੀ ਤੋਂ ਆਈ ਹੈ ਸਾਡੀ ਭੈਣ ਹਰਗੋਬਿੰਦ, ਹਰਬਿੰਦ ਭੈਣ ਸਾਡੀ ਆਈ ਅੱਜ ਸੇਵਾ ਕਰਨ ਸਪੈਸ਼ਲ, ਦਿੱਲੀ ਤੋਂ ਪਰਿਵਾਰ ਅੱਜ ਸਾਡੇ ਕੋਲ ਦੂਜੀ ਵਾਰੀ ਸੇਵਾ ਕਰਨ ਆਇਆ, ਪਹਿਲਾਂ ਵੀ ਵੀਰਾ ਸਾਡੇ ਕੋਲ ਦਿੱਲੀ ਤੋਂ ਸਪੈਸ਼ਲ ਆ ਕੇ ਸੇਵਾ ਕਰਕੇ ਗਿਆ, ਅੱਜ ਵੀ ਵੀਰਾ ਆਇਆ। ਅਤੇ ਆਹ ਜਿਹੜੀ ਭੈਣ ਆਪਣੀ ਗੁੱਲਕ ਦੇ ਵਿੱਚ ਪੈਸੇ ਜੋੜਦੀ ਹੈ, ਕਿੰਨਾ ਮਾਣ ਹੈ ਉਹਨੂੰ ਇਸ ਐਨ ਜੀ ਓ 'ਤੇ, ਇੱਕ ਭਰਾ 'ਤੇ ਆਪਣੇ, ਅਤੇ ਅੱਜ ਜਿਹੜੀ ਉਹ ਸੇਵਾ ਲੈ ਕੇ ਆਈ ਹੈ ਜਿਹਦੇ ਨਾਲ ਅਸੀਂ ਇਹ ਪੇਸ਼ੈਂਟ ਨੂੰ ਐਡਮਿਟ ਕਰਾਉਣ ਜਾ ਰਹੇ ਹਾਂ, ਤਾਂ ਗੁਰੂ ਸਾਹਿਬਾਂ ਨੂੰ ਹਾਜ਼ਰ ਨਾਜ਼ਰ ਸੋਚਦੇ ਹੋਏ ਅਸੀਂ ਇਹ ਪੇਸ਼ੈਂਟ ਦੀ ਜ਼ਿੰਮੇਦਾਰੀ ਚੱਕ ਰਹੇ ਹਾਂ। ਚੰਡੀਗੜ੍ਹ ਵਾਲਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਹੈ ਕਿ ਇਹ ਬੱਚੇ ਨੂੰ ਅਸੀਂ ਐਡਮਿਟ ਕਰਾਉਣ ਜਾ ਰਹੇ ਹਾਂ PGI, ਇਹਨੂੰ ਦਵਾਈਆਂ ਦਾ ਖਰਚਾ ਉੱਥੇ ਬਹੁਤ ਜ਼ਿਆਦਾ, ਜੇ ਕੋਈ ਹੈਲਪ ਕਰ ਸਕਦਾ ਤਾਂ ਜਾ ਕੇ ਜ਼ਰੂਰ ਕਰੇ। ਤੁਹਾਨੂੰ ਪਰਿਵਾਰ ਦਾ ਨੰਬਰ, ਉੱਥੇ ਦੇ ਟੀਮ ਮੈਂਬਰ ਦਾ ਨੰਬਰ, ਦਵਾਈਆਂ ਦੀ ਦੁਕਾਨ ਜਿੱਥੋਂ ਦਵਾਈਆਂ ਮਿਲਦੀਆਂ ਉਹ ਤੁਹਾਡੀ ਮਰਜ਼ੀ ਦੀ ਵੀ ਹੋ ਸਕਦੀ ਹੈ, ਅਤੇ ਆ ਕੇ ਬੱਚੇ ਜ਼ਰੂਰ ਮਦਦ ਕਰੋ। ਬਾਕੀ ਲੁਧਿਆਣੇ ਰੋਜ਼ ਦੇ 70-80 ਪੇਸ਼ੈਂਟ ਆ, ਜੇ ਲੁਧਿਆਣੇ ਵਾਲੇ ਮਦਦ ਕਰ ਸਕਦੇ ਨੇ ਉੱਥੇ ਕਰ ਦੇਣ, ਜਲੰਧਰ ਬਹੁਤ ਪੇਸ਼ੈਂਟ, ਅੰਮ੍ਰਿਤਸਰ ਬਹੁਤ ਪੇਸ਼ੈਂਟ ਹੈ, ਸਾਡੇ ਭੋਗਪੁਰ ਬਹੁਤ ਪੇਸ਼ੈਂਟ ਆ। ਜੇ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਹੈਗੇ ਹੋ ਸੇਵਾ ਕਰ ਸਕਦੇ ਹੋ, ਮਰੀਜ਼ ਤੁਹਾਨੂੰ ਅਸੀਂ ਦੇਵਾਂਗੇ, ਉਹ ਜੈਨੂਇਨ ਹੋਊਗਾ, ਉਹਦੀ ਗਰੰਟੀ ਅਸੀਂ ਦੇਵਾਂਗੇ। ਅਤੇ ਉਹ ਕੋਈ ਨਹੀਂ, ਬਹਿਣਾ ਰੋ ਮਤੀ, ਇਹਦੇ ਇੱਕ ਭਗਵਾਨ ਬਣ ਕੇ ਆਈਏ, ਦੇ ਦੇ ਬੇਟਾ ਉਸਕੋ ਪੈਸੇ, ਇਹ ਪਕੜ ਲੈ। ਆਹ ਸਾਡੀ ਸੰਸਥਾ ਦਾ ਕੰਮ ਕਰਨ ਦਾ ਤਰੀਕਾ ਕਿ ਡਾਇਰੈਕਟ ਡੋਨਰ ਦੇ ਪੇਸ਼ੈਂਟ ਨੂੰ ਮਿਲਵਾਉਣਾ, ਅਤੇ ਬੱਚੇ ਦੇ ਤੁਸੀਂ ਅੱਖਾਂ ਦੇ ਹਾਲਾਤ ਦੇਖ ਸਕਦੇ ਹੋ ਕਿ ਅੱਖਾਂ ਸੁੱਜ ਕੇ ਨੀਲੀਆਂ ਹੋਈਆਂ ਪਈਆਂ, ਇਲਾਜ ਵਾਸਤੇ ਪੈਸੇ ਹੈ ਨਹੀਂ, ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਮੇਰੀ ਬੇਨਤੀ ਹੈ ਸੰਗਤ ਅੱਗੇ ਕਿ ਜੋ ਅਸੀਂ ਸਾਡੇ 'ਤੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਦਾ ਹਰਜ਼ਾਨਾ ਇਹ ਨਾ ਭਰਨ, ਇਸ ਕਰਕੇ ਬਈ ਇਸ ਸੰਸਥਾ ਦੇ ਨਾਲ ਜੁੜੋ ਇਹਨਾਂ ਲੋਕਾਂ ਦੀ ਮਦਦ ਵਾਸਤੇ। ਕੋਈ ਨਹੀਂ, ਅਬ ਰੋ ਕਿਉਂ ਰਹੀ ਹੈ, ਅਬ ਰੋ ਮਤ, ਅਭੀ ਇਸਕੋ ਭੇਜ ਦੇਤੇ ਹੈ ਹਾਸਪਿਟਲ ਐਡਮਿਟ ਕਰਾ ਦੇਤੇ ਹੈ, ਜੋ ਵੀ ਪੈਸਾ ਲੱਗੇਗਾ ਸਾਰਾ ਹਮ ਲਗਾਏਂਗੇ। ਤੂੰ ਅਬ ਰੋ ਮਤ ਮੇਰੀ ਬਹਿਨ, ਰੋਏਗੀ ਤੋ ਬੱਚੇ ਕਾ ਕੌਣ ਸੰਭਾਲੇਗਾ, ਤੂੰ ਰੋ ਮਤ, ਇਸ ਬੱਚੇ ਕੇ ਉੱਪਰ ਜੋ ਵੀ ਖਰਚਾ ਆਏਗਾ ਸਾਰਾ ਕਾ ਸਾਰਾ ਦਵਾਈ ਦਵੂਈ ਸਭ ਹੋਗਾ, ਠੀਕ ਹੈ। ਜ਼ਰੂਰ ਯਾਰ ਇੱਦਾਂ ਦੇ ਲੋਕਾਂ ਦੀ ਆ ਕੇ ਮਦਦ ਕਰਿਆ ਕਰੋ, ਸਾਡਾ ਵਿੱਚੋਂ ਕੁਛ ਨਹੀਂ ਜਾਣਾ, ਨਾ ਮੈਨੂੰ ਇਹਨਾਂ ਨੂੰ ਪੈਸੇ ਦਵਾਉਣ ਨਾਲ ਕੋਈ ਫਾਇਦਾ ਨਾ ਨੁਕਸਾਨ ਹੈ, ਸਿਰਫ ਇਹਨਾਂ ਦਾ ਰੋਣਾ ਨਹੀਂ ਦੇਖਿਆ ਜਾਂਦਾ। ਚਲੋ ਪਰਿਵਾਰ ਮਦਦ ਲਈ ਆਇਆ, ਅਤੇ ਸਾਡੀ ਭੈਣ ਡੋਨਰ ਵੀ ਖੜੀ ਸੀ, ਉਹਨਾਂ ਨੇ ਵੀ ਸੇਵਾ ਦਿੱਤੀ, ਹਜੇ ਕਿ 30,000 ਇਹਨਾਂ ਦੀ ਹੋਰ ਸੇਵਾ, ਉਹ ਬਾਕੀ ਪੇਸ਼ੈਂਟਾਂ ਨੂੰ ਲਾਉਣ ਜਾ ਰਹੇ ਆ, ਪਰ ਫਿਰ ਵੀ ਇਹ ਪੇਸ਼ੈਂਟ ਵਾਸਤੇ ਜਾਂ ਜਿਹੜੇ ਸਾਡੇ ਕੋਲ ਹੋਰ ਪੇਸ਼ੈਂਟ ਆਉਂਦੇ ਨੇ ਮਦਦ ਲਈ ਜ਼ਰੂਰ ਪਹੁੰਚੋ। ਬਹੁਤ ਬਹੁਤ ਧੰਨਵਾਦ।